ना 125 ले लिया मैं। बड़ा शौक सी 125 दा कि यार 125 लाल ब्लैक कलर। अच्छा ਕਹਿੰਦਾ ਮੈਂ ਤੇ ਕਬਾੜ ਚ 5000 ਦਾ ਵੇਚ ਆਇਆ ਜਿਹੜਾ 5000 ਦਾ ਵਿੱਚ ਉਹਨਾਂ ਦੇ ਕਿੰਜ ਦਾ ਹੋਣਾ ਮੈਨੂੰ ਅੰਦਾਜ਼ਾ ਲੱਗ। ਮੋਟਰਸਾਈਕਲ ਵੀ ਮੈਂ ਤੁਹਾਨੂੰ ਦੱਸਾਂ ਮੇਰੀ ਇੰਜ ਦੀ ਸੀਗੀ ਮੈਂ ਮੇਰਾ ਪਹਿਲੀ ਵਾਰੀ ਮੇਰਾ ਨਾਮ ਆਇਆ ਨਾ ਜਿਹਨੇ ਮੋਨੇ ਦੇ ਰੱਖੇ ਖੜਨਾ ਪਿਆ। ਗੱਲ ਤਾਂ ਸੁਣੋ ਮੈਂ ਤੁਹਾਨੂੰ ਦੱਸਦਾ ਮੇਰਾ ਨਾਮ ਆਇਆ ਪਹਿਲੀ ਦਫਾ ਫੈਸਲਾਬਾਦ ਦੀ ਟੀਮ 'ਚ ਕਰਾਚੀ ਟੂਰਨਾਮੈਂਟ ਹੋਇਆ ਸੀ ਤੁਹਾਨੂੰ ਯਾਦ ਹੋਵੇ ਉਸ ਮੈਚ 'ਚ ਫੀਜ਼ ਨੇ 100 ਕੀਤਾ ਸੀ ਜਦੋਂ ਫੀਜ਼ ਭਾਈ ਦਾ ਕੰਮ ਬੈਕ ਹੋਇਆ ਸੀ ਆਸਟ੍ਰੇਲੀਆ ਟੂਰ 'ਤੇ। ਬਿਲਕੁਲ ਠੀਕ। ਉਸ ਟੂਰਨਾਮੈਂਟ 'ਚ ਮੈਂ ਨਾਲ ਸੀ ਪਰ ਮੈਂ ਮੈਚ ਕੋਈ ਨਹੀਂ ਖੇਲਿਆ ਸੀ ਅਸੀਂ ਫਾਈਨਲ ਹਰੇ ਸੀ ਸਿਆਲਕੋਟ ਕੋ। ਉਹ ਮੈਨੂੰ ਫਸਟ ਟਾਈਮ ਮੈਨੂੰ 55,000 ਦਾ ਚੈੱਕ ਮਿਲਿਆ ਸੀ ਰਨਰ ਅਪ ਦਾ। ਉਦੋਂ ਮੇਰੀ 5,000 ਸੈਲਰੀ ਹੁੰਦੀ ਸੀ। ਰਾਤੀ ਨੀਂਦ ਨਹੀਂ ਆਈ ਹੋਣੀ। ਮੈਂ ਕਿਹਾ ਯਾਰ ਇੰਨੇ ਬੜੇ ਪੈਸੇ ਮੈਂ ਕਿੱਥੇ ਰੱਖਾਂ ਯਾਰ ਇੰਨੇ ਬੜੇ ਪੈਸੇ। ਹੁਣ ਚੈੱਕ ਲੈ ਕੇ ਆਇਆ ਮੈਨੂੰ ਰੀਜਨ ਨੇ ਦਿੱਤਾ ਮੈਂ ਜੇਬ 'ਚ ਪਾ ਕੇ ਅਤੇ ਰਾਤ ਜੇਬ 'ਚ ਪਾ ਕੇ ਸੋਤਾਂ ਕਿਤੇ ਗੁਆਚ ਹੀ ਨਾ ਜਾਵੇ ਮੈਂ। ਠੀਕ ਹੈ। ਅੱਛਾ ਮੈਂ ਫਿਰ ਨਾ ਕਿਤੇ ਦੂਸਰੇ ਟੂਰਨਾਮੈਂਟ 'ਚ ਵੀ ਨਾਮ ਆਇਆ ਮੈਂ ਚਲੇ ਗਿਆ ਅਤੇ ਮੈਂ ਉਸ ਤੋਂ ਪਹਿਲੇ ਜਾਣ ਤੋਂ ਪਹਿਲੇ ਨਾ ਇੱਕ ਚੱਲਦੀ ਸੈਕਿੰਡ ਹੈਂਡ ਨਾ 125 ਲੈ ਲਿਆ ਮੈਂ। ਬੜਾ ਸ਼ੌਕ ਸੀ 125 ਦਾ ਕਿ ਯਾਰ 125 ਜਾਂ ਲਾਲ ਬਲੈਕ ਕਲਰ। ਅੱਛਾ ਉਹ ਮੈਂ ਚੱਲਦਾ ਲੈ ਲਿਆ 50,000 ਰੁਪਏ ਦਾ ਅਤੇ ਉਹ ਮੈਂ ਗਿਆ ਹੁਣ ਮੈਚ ਖੇਲਣ ਅਤੇ ਮੈਂ 5-6 ਦਿਨ ਬਾਅਦ ਆਇਆ ਅਤੇ ਮੈਂ ਪੁੱਛਿਆ ਉਹ ਯਾਮਾ ਹੁੰਦਾ ਸੀ ਪਹਿਲੇ ਜਿਹਦੇ 'ਤੇ ਮੈਂ ਟੁੱਟਾ ਜਿੱਥੇ ਦਿਲ ਕਰਦਾ ਸੀ ਬੰਦ ਹੋ ਜਾਂਦਾ ਸੀ ਚੱਲਦਾ ਚੱਲਦਾ ਹੀ ਬੰਦ ਹੋ ਜਾਂਦਾ ਸੀ ਅਤੇ ਮੈਂ ਪੁੱਛਿਆ ਆਪਣੇ ਵੱਡੇ ਭਰਾ ਨੂੰ ਮੈਂ ਕਿਹਾ ਯਾਰ ਉਹ ਯਾਮਾ ਕਿੱਥੇ ਗਿਆ। ਉਹ ਕਹਿੰਦਾ ਮੈਂ ਤਾਂ ਕਬਾੜ 'ਚ 5,000 ਦਾ ਵੇਚ ਆਇਆ ਜਿਹੜਾ 5,000 ਦਾ ਵਿੱਚ ਉਹਨਾਂ ਦੇ ਕਿੰਜ ਦਾ ਹੋਣਾ ਮੈਨੂੰ ਅੰਦਾਜ਼ਾ ਲੱਗ ਸਿਆਨਾ ਦਾ ਸਾਈਕਲ ਹੀ ਹੋਣਾ। ਅਤੇ ਮੈਂ ਕਿਹਾ ਯਾਰ ਉਹਨੇ ਬੜੇ ਮੁਸ਼ਕਿਲ ਟਾਈਮ 'ਤੇ ਸਾਥ ਦਿੱਤਾ ਤੂੰ ਯਾਰ 5,000 'ਚ ਵੇਚ ਆਇਆ। ਉਹ ਕਹਿੰਦਾ ਯਾਰ ਐਵੇਂ ਦਰਵਾਜ਼ੇ 'ਚ ਪਿਆ ਰਸਤਾ ਵੀ ਬੰਦ ਕੀਤਾ ਅਤੇ ਮਿੱਟੀ ਘੱਟਾ ਵੀ ਪਿਆ ਰਹਿੰਦਾ ਮੈਂ ਕਿਹਾ ਤੈਨੂੰ ਕੀ ਉਹਦੀ ਕਦਰ ਦਾ ਪਤਾ। ਅਤੇ ਉਹ ਦਰਅਸਲ ਉਹ ਮੇਰੇ ਖਿਆਲ ਨਾਲ ਯਾਮਾ ਉਹ ਸੀ ਕਿ ਜਦੋਂ ਕਹਿੰਦੇ ਨਹੀਂ ਕਿ ਇੱਕ ਪਿੰਡ 'ਚ ਕਿਸੇ ਨੇ ਸਾਈਕਲ ਲਿਆ ਪੁਰਾਣੇ ਜ਼ਮਾਨੇ 'ਚ ਤਾਂ ਪੂਰਾ ਪਿੰਡ ਇਕੱਠਾ ਹੋਇਆ ਅਤੇ ਵੇਖਣ ਆਇਆ ਸਾਈਕਲ ਲਿਆ ਯਾਰ ਚੌਧਰੀਆਂ ਨੇ ਉਹ ਯਾਮਾ ਸੀ ਮੇਰੇ ਦਾਦਿਆਂ ਨੇ ਲਿਆ ਸੀ ਅਤੇ ਦਾਦਾ ਜੀ ਕਹਿੰਦੇ ਸੀ ਕਿ ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰੋਂ ਬੰਦੇ ਵੇਖਣ ਆਏ ਸੀ ਕਿ ਯਾਮਾ ਇਹਨਾਂ ਨੇ ਲਿਆ ਯਾਰ ਗੱਡੀ ਉਹ ਪਤਾ ਨਹੀਂ 84 ਮਾਡਲ ਕਿਹੜਾ ਮਾਡਲ ਸੀਗਾ ਅਤੇ ਕਹਿਣ ਦਾ ਮਤਲਬ ਕਿ ਉਹ ਸੀ ਅਤੇ ਵਾਲਦ ਸਾਹਿਬ ਵੀ ਮੇਰੇ ਭਰਾ ਨੂੰ ਕਹਿ ਰਹੇ ਸੀ ਯਾਰ ਤੂੰ ਚੱਲ ਖੜਾ ਰਹਿੰਦਾ ਨਾ ਕੋਈ ਚਲਾਉਂਦਾ ਇੱਕ ਕਿੰਨੀ ਗੱਡੀ ਲੈ ਲਈ 125 ਫਿਰ ਉਹਦੇ 'ਤੇ ਮੈਂ ਹੀ ਮੁਸ਼ ਖੇਲਣ ਜਾਣਾ ਸਾਂ। ਫਿਰ ਮੈਂ ਤੁਹਾਨੂੰ ਦੱਸਣਾ ਕਿ ਮੈਂ ਨਾ ਸੂਈ ਗੈਸ 'ਚ ਮੈਨੂੰ ਨਾ ਮਿਸਬਾ ਭਾਈ ਨੇ ਲਿਆ ਵਨ ਡੇ 'ਚ ਉਹ ਤੁਹਾਨੂੰ ਪਤਾ ਵਨ ਡੇ ਤਕਰੀਬਨ 25 ਦਿਨ ਚੱਲਦਾ ਹੈ। ਮੈਂ ਨਾ ਛੁੱਟੀ ਕੰਮ ਤੋਂ ਛੁੱਟੀਆਂ ਕਰ ਮੈਂ ਦੱਸਿਓ ਬਗੈਰ ਹੀ ਨਾ ਮੇਰੇ ਨਾਲ ਮੇਰੇ ਦੋਸਤ ਸੀ ਉਹਨਾਂ ਨੂੰ ਪਤਾ ਸੀ ਕਿ ਇਸ ਤਰ੍ਹਾਂ ਦਾ ਨਾਮ ਆਇਆ ਪਾਕਿਸਤਾਨ ਸੂਈ ਗੈਸ 'ਚ ਅਤੇ ਗਿਆ। ਖੈਰ ਮੈਂ ਜਦੋਂ ਆਇਆ ਵਨ ਡੇ ਟੂਰਨਾਮੈਂਟ ਤੋਂ ਬਾਅਦ ਅਤੇ ਮੈਂ ਕੰਮ 'ਤੇ ਗਿਆ ਅਤੇ ਮੈਨੂੰ ਮਾਲਕ ਕਹਿੰਦਾ ਹੈ ਕਿ ਯਾਰ ਤੂੰ ਇੰਨੇ ਦਿਨ ਮਹੀਨੇ ਬਾਅਦ ਆਇਆ ਕੰਮ 'ਤੇ ਤੂੰ ਕਿੱਥੇ ਰਿਹਾ। ਮੈਂ ਕਿਹਾ ਜੀ ਮੈਂ ਇਸ ਤਰ੍ਹਾਂ ਮੇਰਾ ਨਾਮ ਮੈਂ ਕ੍ਰਿਕਟ ਖੇਡਦਾ ਵਾਂ ਮੈਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਮੇਰਾ ਨਾਮ ਆਇਆ ਇੱਕ ਲੈਵਲ 'ਤੇ ਪਾਕਿਸਤਾਨ ਸੂਈ ਗੈਸ SNGPL 'ਚ ਜਿਹਦੇ 'ਚ ਮਿਸਬਾ ਹਫੀਜ਼ ਵਗੈਰਾ ਖੇਡਦੇ ਨੇ। ਕਹਿੰਦੇ ਜੀ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪ੍ਰਾਈਵੇਟ ਚਮੜੀ ਚਾਹੀਦੀ ਹੈ। ਕਹਿੰਦੇ ਪ੍ਰਾਈਵੇਟ ਅਦਾਰਾ ਵਾ ਇਹਦੇ 'ਚ ਅਸੀਂ ਅਫੋਰਡ ਨਹੀਂ ਕਰ ਸਕਦੇ ਅਤੇ ਲਿਹਾਜ਼ਾ ਜਾਂ ਤਾਂ ਤੁਸੀਂ ਕ੍ਰਿਕਟ ਖੇਡ ਲਓ ਜਾਂ ਕੰਮ ਕਰ ਲਓ। ਮੈਂ ਫਿਰ ਉਹਨੂੰ ਕਿਹਾ ਕੁਛ ਮਜਬੂਰੀਆਂ ਵੀ ਸੀ ਜੋਬ ਜ਼ਰੂਰੀ ਸੀ। ਫਿਰ ਮੈਂ ਉਹਨੂੰ ਕਿਹਾ ਕਿ ਸਰ ਮੈਨੂੰ ਇੱਕ ਅੱਧੇ ਦਿਨ ਦਾ ਟਾਈਮ ਦੇ ਦਿਓ ਮੈਨੂੰ ਕੱਢੋ ਨਾ ਮੈਨੂੰ ਇੱਕ ਅੱਧੇ ਦਿਨ ਦਾ ਟਾਈਮ ਦੇ ਦਿਓ ਮੈਂ ਤੁਹਾਨੂੰ ਕਨਫਰਮ ਕਰ ਦਾਂਗਾ। ਅਤੇ ਮੈਂ ਫਿਰ ਘਰ ਆਇਆ ਮੈਂ ਇੱਕ ਦਿਨ ਲੇਟਿਆ ਮੈਂ ਸੋਚ ਰਿਹਾ ਮੈਂ ਕਿਹਾ ਯਾਰ ਮੇਰਾ ਦਿਲ ਕਹਿੰਦਾ ਸੀ ਕਿ ਯਾਰ ਮੈਂ ਕ੍ਰਿਕਟ ਖੇਡਦਾ ਅਗਰ ਮੈਂ ਉਹਨਾਂ ਦੇ ਨਾਲ ਗਿਆ ਜਿਹਨਾਂ ਨੇ ਦੁਨੀਆ ਨੂੰ ਅੱਗੇ ਲਾਇਆ ਮਿਸਬਾ ਭਾਈ ਹੋਣੀ ਉਹਨਾਂ ਨੇ ਅੱਗੇ ਲਾਇਆ ਅਤੇ ਮੈਂ ਕਿਹਾ ਯਾਰ ਉਹ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਹੈ ਮਤਲਬ ਆਪਣੀ ਟੀਮ 'ਚ ਲਿਆ ਅਤੇ ਮੇਰੇ 'ਚ ਕੁਛ ਹੈ ਅਤੇ ਕੀਤਾ ਹੈ ਅਤੇ ਮੇਰਾ ਦਿਲ ਕਹਿੰਦਾ ਸੀ ਮੈਂ ਕ੍ਰਿਕਟ ਖੇਲਾਂ। ਉਹ ਫਿਰ ਮੈਨੂੰ ਫੀਲ ਹੋ ਰਿਹਾ ਸੀ ਕਿ ਮੇਰਾ ਦਿਲ ਕਹਿ ਰਿਹਾ ਸੀ ਕਿ ਯਾਰ ਮੈਂ ਨਾ ਕ੍ਰਿਕਟ ਖੇਲਾਂ। ਫਿਰ ਮੈਂ ਉਹਨਾਂ ਨੂੰ ਕਿਹਾ ਸਰ ਸੋਰੀ ਮੈਂ ਕ੍ਰਿਕਟ ਖੇਡ ਸਕਦਾ ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਮੈਂ ਆਪਣਾ ਕੰਮ ਰਾਤ ਲਾ ਕੇ ਵੀ ਚੱਲ ਜਾ ਕਰੂੰ ਜਿਸ ਦਿਨ ਮੇਰਾ ਮੈਚ ਹੋਵੇ ਮੈਂ ਲੇਟ ਗਏ ਮੈਨੂੰ ਪੈਸੇ ਨਾ ਦਿਆ ਕਰੋ ਮੈਂ ਲੇਟ ਗਏ ਓਵਰ ਟਾਈਮ ਲਾ ਕੇ ਚੱਲ ਜਾ ਕਰਾਂਗਾ। ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਮੈਂ ਕਿਹਾ ਠੀਕ ਹੈ ਸਰ ਕੋਈ ਮਸਲਾ ਨਹੀਂ। ਫਿਰ ਮੈਂ ਕੰਮ ਛੋੜ ਦਿੱਤਾ ਥੋੜ੍ਹੇ ਦਿਨ ਫਿਰ ਮੈਂ ਟੇਬ ਬੋਲ ਖੇਲ ਕੇ ਪੈਸੇ ਕਮਾਉਣੇ 1,000 ਰੁਪਇਆ ਦੇ ਦਿੱਤਾ ਕਿਸੇ ਨੇ 1,500 ਇਸ ਤਰ੍ਹਾਂ ਕਰਕੇ ਨਾ ਅਤੇ ਮੈਨੂੰ ਨਾ ਉਹ ਮਜ਼ਾ ਨਹੀਂ ਆਉਂਦਾ ਸੀ ਕਿ ਯਾਰ ਇਹ 'ਚ ਮਜ਼ਾ ਨਹੀਂ ਆਉਂਦਾ ਕੁਛ ਵੱਡਾ ਕਰਨਾ ਚਾਹੀਦਾ ਯਾਰ।
ਫਿਰ ਮੈਨੂੰ ਨਾ ਤੁਹਾਡੇ ਸਰਗੋਧੇ ਦਾ ਅਸਦ ਬਾਈ ਮਿਲੇ, ਮੈਨੂੰ ਇੱਕ ਟੇਪ ਬੋਲ ਦੇ ਮੈਚ 'ਤੇ ਮਿਲੇ। ਉਹ ਮੈਂ ਆਰਾਮ ਨਾਲ ਉਹਨਾਂ ਨੇ ਸਿੱਕੇ ਮਾਰਿਆ ਸਾਂ ਅਸਦ ਬਾਈ ਨੂੰ। ਇਸ ਤਰ੍ਹਾਂ ਅਸਦ ਬਾਈ ਨੇ ਮੈਨੂੰ ਛਿੱਕਾ ਖਾਧਾ ਹੈ ਅਤੇ ਅਗਲੀ ਬੋਲ ਇੰਨੀ ਕੁ ਤੇਜ਼ ਕੀਤੀ ਹੈ ਕਿ ਮੈਨੂੰ ਵਿਕਟ 'ਤੇ ਗੇਂਦ ਲੱਗ ਗਿਆ ਅਤੇ ਉਦੋਂ ਪਤਾ ਲੱਗਿਆ ਮੈਂ ਬੋਲਡ ਹੋ ਗਿਆ। ਖੈਰ ਮੈਂ ਬਾਹਰ ਆਇਆ ਅਤੇ ਉਹਨਾਂ ਨੇ ਮੈਨੂੰ ਬੁਲਾਇਆ ਕਿ ਉਦੋਂ ਮੈਨੂੰ ਮੈਂ ਕੈਂਪ 'ਚ ਸੀ ਫੈਸਲਾਬਾਦ ਦੇ, ਮੈਂ ਖੇਡਿਆ ਨਹੀਂ ਸੀ ਉਦੋਂ, ਸਿਰਫ ਕੈਂਪ ਕੀਤਾ ਸੀ। ਮੈਂ 2 50 ਕੀਤੇ ਸੀ ਉਹਨਾਂ ਦੇ ਨਾਲ। ਮੈਨੂੰ ਕਹਿੰਦੇ ਕਿ ਯਾਰ ਅਸ ਗੱਲ ਸੁਣ, ਮੈਂ ਕਿਹਾ ਹਾਂਜੀ। ਕਹਿੰਦੇ ਯਾਰ ਮੈਂ ਤੈਨੂੰ ਕੈਂਪ 'ਚ ਦੇਖਿਆ ਸੀ, ਤੂੰ ਬਹੁਤ ਅੱਛਾ ਖੇਡਦਾ। ਮੈਂ ਕਿਹਾ ਜੀ ਮੈਨੂੰ ਤਾਂ ਆਪਣੇ ਆਪ ਨੂੰ ਨਹੀਂ ਪਤਾ ਜੀ ਮੈਂ ਅੱਛਾ ਖੇਡਦਾ। ਕਹਿੰਦੇ ਨਹੀਂ ਮੈਂ ਤੈਨੂੰ ਕਹਿ ਰਿਹਾ, ਕਹਿੰਦੇ ਤੂੰ ਟੇਬਲ 'ਚ ਕਿੰਨੇ ਪੈਸੇ ਕਮਾ ਲੈਂਦਾ ਹੁੰਦਾ ਸੀਜ਼ਨ ਦਾ। ਮੈਂ ਕਿਹਾ ਜੀ ਇਹ 60-70 ਹਜ਼ਾਰ ਰੁਪਈਆ ਬਸ। ਕਹਿੰਦਾ ਮੈਂ ਸੀਜ਼ਨ ਦਾ ਸਿਰਫ ਆਪਣੇ ਡਿਪਾਰਟਮੈਂਟ ਵੱਲੋਂ ਹੀ, ਉਦੋਂ ਦੀ ਗੱਲ ਹੈ 7-8 ਦੀ ਗੱਲ ਹੈ 2000, ਮੈਂ ਕਹਿੰਦੇ ਮੈਂ 8-9 ਲੱਖ ਰੁਪਇਆ ਕਮਾਉਂਦਾ ਵਾਂ ਇੱਕ ਸੀਜ਼ਨ ਦਾ, 3-4 ਮਹੀਨੇ ਦਾ। ਇਹ ਜ਼ਿਆਦਾ ਜਾਂ ਉਹ ਜ਼ਿਆਦਾ? ਮੈਂ ਕਿਹਾ ਉਹ ਜ਼ਿਆਦਾ। ਮੈਂ ਕਿਹਾ ਤੁਸੀਂ ਵੀ ਟੇਬ ਬੋਲ ਖੇਡ? ਮੈਂ ਤਾਂ ਕਹਿੰਦੇ ਸਰਗੋਧੇ 'ਚ ਹੋ ਰਿਹਾ ਹੈ ਅਤੇ ਮੈਂ ਕਿਸੇ ਦੇ ਕਹਿਣ 'ਤੇ ਆ ਗਿਆ ਮੈਂ ਖੇਡ, ਮੈਂ ਤਾਂ ਨਹੀਂ ਖੇਡਦਾ। ਕਹਿੰਦਾ ਮੈਂ ਜਦੋਂ ਪੀਕ 'ਤੇ ਸਾਂ ਨਾ ਉਦੋਂ ਤੂੰ ਮੈਨੂੰ ਦੇਖਦਾ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਮੈਨੂੰ ਕਿਹਾ, ਮੇਰੇ ਖਾਨੇ 'ਚ ਦਿਮਾਗ 'ਚ ਗੱਲ ਬੜੀ। ਮੈਂ ਕਿਹਾ ਯਾਰ ਕਿਉਂਕਿ ਮੈਂ ਟੇਬ ਬੋਲ ਖੇਡਦਾ ਸਾਂ, ਕੰਮ ਤੋਂ ਆ ਕੇ ਮੈਨੂੰ ਫਿਰ ਥੋੜ੍ਹੀ ਜਿਹੀ ਬਹੁਤ ਪ੍ਰੈਕਟਿਸ ਕਰ ਲੈਣੀ, ਮੇਰੇ ਟਾਈਮ ਮਿਲ ਜਾਂਦਾ ਸੀ। ਜਦੋਂ ਮੈਂ ਟੇਬ ਬੋਲ ਖੇਡਦਾ ਸੀ ਦੂਸਰੇ ਸ਼ਹਿਰ ਜਾਂਦਾ ਸੀ ਨਾ, ਮੇਰੇ ਕੋਲ 2 ਦਿਨ ਉੱਥੇ ਲੱਗ ਜਾਂਦੇ ਸੀ, ਮੇਰੇ ਕੋਲ ਉਹ ਵੀ ਨਹੀਂ ਸੀ ਪ੍ਰੈਕਟਿਸ ਹੁੰਦੀ। ਫਿਰ ਸੋਚਿਆ ਮੈਂ ਕਿਹਾ ਯਾਰ ਇੱਕ ਚੀਜ਼ ਪਾਉਣ ਲਈ ਮੈਂ ਕੰਮ ਛੱਡਿਆ ਅਤੇ ਮੈਂ ਫਿਰ ਦੂਜੀ ਚੀਜ਼ 'ਚ ਵੜ ਗਿਆ, ਮੈਂ ਉਹ ਟੇਬ ਬੋਲ ਵੀ ਛੱਡ ਦਿੱਤੀ। ਉਹਨੇ ਮੈਨੂੰ ਗੱਲ ਕਹੀ, ਐਸੀ ਗੱਲ ਕਹੀ, ਕਹਿੰਦਾ ਤੂੰ 4-5 ਮਹੀਨੇ ਲਾ ਕੇ ਤਾਂ ਦੇਖ। ਅੱਲਾਹ, ਮੈਂ ਬਿਲਕੁਲ ਛੱਡ ਦਿੱਤੀ। ਇੱਕ ਐਸਾ ਟਾਈਮ ਸੀ ਜੇਬ 'ਚ ਪੈਸੇ ਵੀ ਨਹੀਂ ਸੀ ਹੁੰਦਾ, ਮੈਂ ਫਿਰਦਾ ਹੁੰਦਾ ਸੀ ਪੈਦਲ ਹੀ, ਕਦੀ ਐਨ ਕਦੀ ਐਨ ਕਦੀ ਐਨ। ਫਿਰ ਮੈਂ ਇੰਨਾ ਮੈਚ ਖੇਡ ਰਿਹਾ ਸਾਂ, ਫੈਸਲਾਬਾਦ ਕਲੱਬ ਵੀ ਇੱਕ ਟੌਪ ਦਾ ਕਲੱਬ ਹੈ, ਉਹਦੇ ਮੈਂ ਖਿਲਾਫ਼ ਮੈਚ ਖੇਡ ਰਿਹਾ ਸੀ। ਉਦੋਂ ਸੀਜ਼ਨ ਦੇ ਨਾ 7 ਫਸਟ ਕਲਾਸ ਪਲੇਅਰ ਸੀ ਜਿਹੜੇ ਕਰੰਟ ਸੀਜ਼ਨ ਖੇਡਦੇ ਪਏ ਸੀ ਫੈਸਲਾਬਾਦ, ਉਹ ਇੱਕ ਹੀ ਕਲੱਬ 'ਚ ਖੇਡਦੇ ਸੀ। ਉਹਨਾਂ ਦੇ ਮੈਂ ਖਿਲਾਫ਼ ਫਾਈਨਲ ਮੈਚ ਖੇਡ ਰਿਹਾ ਸੀ ਅਤੇ ਮੈਂ ਕੰਮ ਤੋਂ ਛੁੱਟੀ ਕਰਕੇ ਆਇਆ ਸੀ ਅਤੇ ਕਿਸੇ ਟਾਈਮ ਉੱਥੇ ਕੰਮ ਹੱਥ ਨਾਲ ਵੀ ਕਰਨਾ ਪੈ ਜਾਂਦਾ ਕਿਉਂਕਿ ਫਾਈਨਲ ਇੰਸਪੈਕਸ਼ਨ ਦਾ ਹੁੰਦਾ ਸੀ ਨਾ, ਮੇਰਾ ਕੁਆਲਿਟੀ ਇੰਸਪੈਕਟਰ ਸੀ ਅਤੇ ਉਹ ਚੀਜ਼ਾਂ ਕੁਛ ਐਸੀਆਂ ਸੀ ਆਪਣੇ ਹੱਥ ਨਾਲ ਵੀ ਚੈੱਕ ਕਰਨੀਆਂ ਪੈਂਦੀਆਂ ਸੀ, ਅਤੇ ਮੇਰੇ ਨਾ ਗਰੀਸ ਨਾਖੂਨਾਂ 'ਚ ਬੜੀ ਸੀ, ਲੋਹੇ ਦਾ ਕੰਮ ਸੀ। ਅਤੇ ਮੈਂ ਨਾ ਮੈਚ 'ਤੇ ਚਲੇ ਗਿਆ, ਉਹਨਾਂ ਨੇ 132 ਕੀਤਾ ਸੀਗਾ 20 ਓਵਰ, 20-20 ਓਵਰ ਸੀ। ਤੁਸੀਂ ਹਿਸਾਬ ਲਾ ਲਓ ਕਿ ਮੈਂ ਅਤੇ ਸਲਮਾਨ ਬਾਈ ਓਪਨਰ ਗਏ ਹਾਂ ਅਤੇ 132 ਸਲਮਾਨ ਬਾਈ ਦਾ 9 ਸਕੋਰ ਸੀ, ਬਾਕੀ ਮੇਰਾ ਹੀ ਸੀ ਅਤੇ ਅਸੀਂ 9-10 ਓਵਰਾਂ 'ਚ ਮੈਚ ਪੂਰਾ ਕਰ ਦਿੱਤਾ ਸੀ। ਅਤੇ ਸਲਮਾਨ ਬਾਈ ਦੇ ਅਤੇ ਜਾਦ ਬਾਈ ਦੇ ਅਲਫਾਜ਼ ਇਹ ਸੀ ਕਿ ਯਾਰ ਕ੍ਰਿਕਟ ਤਾਂ ਤੂੰ ਖੇਡਦਾ, ਸਾਨੂੰ ਤਾਂ ਖੇਡਣੀ ਨਹੀਂ ਆਉਂਦੀ। ਉਹ ਮੈਂ ਕਿਹਾ ਨਹੀਂ ਭਾਅ, ਮੈਂ ਤਾਂ ਬਸ ਇੱਦਾਂ ਹੀ, ਮੈਂ ਦੇਖ ਲਓ ਲੱਗਾ ਹੋਇਆ ਕੰਮ ਤੋਂ ਆਇਆ ਵਾਂ ਜੀ, ਆ ਮੇਰੇ ਹੱਥ ਵੀ ਗੰਦੇ ਆ ਜੀ। ਉਹ ਨਹੀਂ ਨਹੀਂ ਕਹਿੰਦੇ, ਆਹ ਕ੍ਰਿਕਟ ਤੂੰ ਖੇਡਦਾ, ਅਸੀਂ ਤਾਂ ਬਸ ਇੱਦਾਂ ਹੀ ਹੈ ਯਾਰ, ਮੈਨੂੰ ਤਾਂ ਸ਼ਰਮ ਆਉਣ ਲਈ ਦੂਜੇ ਐਂਡ 'ਤੇ ਖੜਾ ਕਿ ਕ੍ਰਿਕਟ 'ਤੇ ਆਹ ਖੇਡਣ ਡਿਆ ਮੁੰਡਾ ਦਲੇਰੀ ਨਾ। ਮੈਂ ਕਿਹਾ ਯਾਰ ਮੈਨੂੰ ਤਾਂ ਇਹ ਨਹੀਂ, ਮੈਨੂੰ ਦਲੇਰੀ ਕਿਹਨੂੰ ਕਹਿਣ ਡੇ? ਫੈਸਲਾਬਾਦ ਸੁਪਰ 8 ਸੀ ਅਤੇ ਆਜ਼ਾਦ ਬਾਈ ਨੇ ਨਾ ਕ੍ਰਿਕਟ ਜਦੋਂ ਰਿਟਾਇਰਮੈਂਟ ਲੈ ਲਈ ਨਾ ਅਤੇ ਕੋਚ ਬਣੇ ਫੈਸਲਾਬਾਦ ਦੇ, ਅਤੇ ਮਿਜ਼ਬਾ ਬਾਈ ਨੂੰ ਕਹਿੰਦੇ ਯਾਰ ਇਹਨੂੰ ਨਾ ਮੈਚ ਖਿਲਾ ਦੇ। ਮੈਂ ਆਪਣੇ ਕੰਨੀ ਗੱਲਾਂ ਸੁਣ ਰਿਹਾ ਸੀ, ਆਜ਼ਾਦ ਬਾਈ ਕਹਿੰਦੇ ਯਾਰ ਮਿਜ਼ਬਾ ਬਾਈ, ਮਿਜ਼ਬਾ ਇਹਨੂੰ ਮੈਚ ਖਿਲਾ ਦੇ। ਮਿਜ਼ਬਾ ਬਾਈ ਦੇ ਅਲਫਾਜ਼ ਸੀ ਕਿ ਯਾਦ ਜੇ ਅਗਰ ਮੈਂ ਦੂਜੀ ਟੀਮ ਦਾ ਕਪਤਾਨ ਹੋਵਾਂ ਤਾਂ ਮੈਂ ਸਪਿਨਰ ਮੈਨੂੰ ਇੰਨੇ ਅੱਛੇ ਨਹੀਂ ਸੀ ਖੇਡਣ, ਮੈਂ ਫਾਸਟ ਬੋਲਰ ਅੱਛੇ ਖੇਡਦਾ ਸੀ ਪਹਿਲੇ, ਹੁਣ ਤਾਂ ਅਲਹਮਦੁਲਿਲਾ ਬਹੁਤ ਕਵਰ ਕਰ ਲਏ, ਤੁਸੀਂ ਦੇਖ ਲਿਆ ਨਾ ਪਾਕਿਸਤਾਨ ਕੱਪ 'ਚ, ਕਿਉਂਕਿ ਸਪਿਨ ਵਿਕਟਾਂ ਸੀ ਸਾਰੇ ਸਪਿਨਰ ਖੇਡਿਆ, 200 ਕੀਤੇ 150 ਕੀਤਾ। ਅਤੇ ਗੱਲ ਕਰਨ ਦਾ ਮਕਸਦ ਕਿ ਜਿਹੜੀ ਚੀਜ਼ ਕਮਜ਼ੋਰ ਸੀ ਉੱਤੇ ਮੈਂ ਵਰਕ ਕੀਤਾ। ਅਤੇ ਕਹਿੰਦੇ ਮੈਂ ਦੂਜੀ ਟੀਮ ਦਾ ਕਪਤਾਨ ਹਾਂ ਅਤੇ ਮੈਂ ਪਹਿਲਾਂ ਓਵਰ ਸਪਿਨਰ ਨੂੰ ਲਾ ਦਾਂਗਾ। ਆਜ਼ਾਦ ਬਾਈ ਕਹਿੰਦੇ ਯਾਰ ਮਿਸਬਾ ਇਹਨੂੰ ਮੈਚ ਖਿਲਾ ਦੇ, ਜੇ ਕੁਛ ਨਾ ਕਰੇਗਾ ਨਾ ਤਾਂ ਮੈਂ ਫੈਸਲਾਬਾਦ ਹੀ ਮੈਚ ਹੋ ਰਿਹਾ, ਇਹਨੂੰ ਮੈਂ ਮੈਚਾਂ 'ਤੇ ਨਹੀਂ ਬੁਲਾਵਾਂਗਾ, ਇਹਨੂੰ ਵਾਪਸ ਭੇਜ ਦਾਂਗਾ। ਅੱਛਾ ਚਲੋ ਠੀਕ ਹੈ ਤੇਰੇ ਕਹਿਣ 'ਤੇ। ਫਿਰ ਉਹਨਾਂ ਨੇ ਮੈਨੂੰ ਮੈਚ ਖਿਲਾਇਆ, ਅਲਹਮਦੁਲਿਲਾ ਡੈਬਿਊ ਮੈਚ 'ਚ 100 ਕੀਤਾ। ਯਕੀਨ ਕਰੋ ਕਿ ਉਦੋਂ ਦੇ ਮਿਸਬਾ ਭਾਈ ਮੈਨੂੰ ਲੈ ਕੇ ਚੱਲਦੇ ਪਏ ਨਾਲ, ਬਸ ਅੱਲਾ ਪਾਕ ਦੀ ਰਹਿਮਤ ਆ, ਉਹਨਾਂ ਦਾ ਬਹੁਤ ਸ਼ੁਕਰੀਆ ਵੀ ਹੈ।